ਸਾਹਿਬ ਰਾਮ ਤੋਂ ਆਇਆ ਜੀ, ਉਹਨਾਂ ਕੋਲੇ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਪੁਲਿਸ ਵਾਲਿਆਂ ਨੂੰ, ਉਹ ਸਾਡੇ ਲੈ ਕੇ ਨੀ ਗਏ ਪੁਲਿਸ ਵਾਲੇ ਜੀ। ਉਹ ਗਰੀਬ ਬੰਦਾ ਸੀਗਾ ਜੀ। ਸੜਕ ਦੇ ਉੱਤੇ ਲੁੱਟਾ ਖੋਹਾ ਕਰਨ ਵਾਲੇ ਤਿੰਨ ਲੁਟੇਰਿਆਂ ਨੂੰ ਮੌਕੇ ਦੇ ਉੱਤੇ ਕਾਬੂ ਕੀਤਾ ਗਿਆ। ਦਰਅਸਲ ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੇ ਵੱਲੋਂ ਇੱਕ ਆਟੋ ਚਾਲਕ ਦੇ ਨਾਲ ਰਾਤ ਦੇ ਸਮੇਂ ਲੁੱਟ ਖੋਹ ਕੀਤੀ ਜਾ ਰਹੀ ਸੀ। ਤੇਜ਼ ਧਾਰ ਹਥਿਆਰਾਂ ਦੇ ਨਾਲ ਉਸ ਆਟੋ ਚਾਲਕ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਸੀ, ਪਰ ਜਿਸ ਤੋਂ ਬਾਅਦ ਜਿਵੇਂ ਹੀ ਆਟੋ ਚਾਲਕ ਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ ਤਾਂ ਮੌਕੇ ਦੇ ਉੱਤੇ ਕੁਝ ਜਮੈਟੋ ਵਾਲੇ ਨੌਜਵਾਨ ਪਹੁੰਚਦੇ ਨੇ ਤੇ ਉਹਨਾਂ ਦੇ ਵੱਲੋਂ ਆ ਕੇ ਇਹਨਾਂ ਨੂੰ ਕਾਬੂ ਕਰ ਲਿਆ ਜਾਂਦਾ। ਹਾਲਾਂਕਿ ਤਿੰਨ ਮੋਟਰਸਾਈਕਲਾਂ ਦੇ ਉੱਤੇ 6 ਦੇ ਕਰੀਬ ਇਹ ਲੁਟੇਰੇ ਸਵਾਰ ਹੋ ਕੇ ਆਏ ਸੀ, ਜਿਨ੍ਹਾਂ ਦੇ ਵਿੱਚੋਂ 3 ਫਰਾਰ ਹੋ ਜਾਂਦੇ ਨੇ ਤੇ 3 ਨੂੰ ਮੌਕੇ ਦੇ ਉੱਤੇ ਕਾਬੂ ਕਰ ਲਿਆ ਜਾਂਦਾ ਹੈ। ਲੋਕਾਂ ਦੇ ਵੱਲੋਂ ਦੱਬ ਕੇ ਇਹਨਾਂ ਦੀ ਛਿੱਤਰ ਪਰੇਡ ਕੀਤੀ ਜਾਂਦੀ ਹੈ ਤੇ ਫਿਰ ਉਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਤੇ ਲੁਟੇਰਿਆਂ ਨੂੰ ਹੁਣ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਤਾਂ ਇਸ ਦੌਰਾਨ ਮੌਕੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਦੋਂ ਲੋਕਾਂ ਦੇ ਵੱਲੋਂ ਲੁਟੇਰਿਆਂ ਦੀ ਛਿੱਤਰ ਪਰੇਡ ਕੀਤੀ ਗਈ। ਹਾਲਾਂਕਿ ਮੌਕੇ ਦੇ ਉੱਤੇ ਮੌਜੂਦ ਲੋਕਾਂ ਦਾ ਕਹਿਣਾ ਕਿ ਆਏ ਦਿਨ ਇਸ ਇਲਾਕੇ ਦੇ ਵਿੱਚ ਲਗਾਤਾਰ ਲੁੱਟ ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਨੇ, ਚੋਰੀਆਂ ਹੋ ਰਹੀਆਂ ਨੇ, ਪਰ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਫਿਲਹਾਲ ਹੁਣ ਤਿੰਨਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਤੇ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਅੱਗੇ ਕੀ ਕਾਰਵਾਈ ਅਮਲ ਦੇ ਵਿੱਚ ਲੈ ਕੇ ਆਉਂਦੀ ਹੈ। ਤਾਂ ਦੱਸ ਦਈਏ ਕਿ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ, ਜਿੱਥੇ ਕਿ ਡੁਗਰੀ ਪੁਲ ਦੇ ਉੱਤੇ ਰਾਤ ਦੇ ਸਮੇਂ 12 ਵਜੇ ਦੇ ਕਰੀਬ ਇੱਕ ਆਟੋ ਵਾਲੇ ਦੇ ਕੋਲੋਂ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਆਟੋ ਵਾਲੇ ਨਾਲ ਲੁੱਟ ਖੋਹ ਹੋਈ ਹੈ ਜੀ। ਉਹਦੀ ਵਿਚਾਰੇ ਦੀ ਬਾਂਹ ਵੱਡੀ, ਗਰੀਬ ਬੰਦਾ ਜੀ, ਅਸੀਂ ਵੀ ਸਵਿਗੀ ਚਲਾਉਂਦੇ ਹਾਂ ਜੀ, ਠੀਕ ਆ। ਅਸੀਂ ਆ ਕੇ ਮੌਕੇ 'ਤੇ ਫੜਿਆ, ਫੜਨ ਤੋਂ ਬਾਅਦ ਬਾਕੀ ਭੱਜ ਗਈ, 3 ਜਣੇ ਹੱਥ ਆ ਗਏ, ਪੁਲਿਸ 1/2 ਘੰਟੇ ਬਾਅਦ ਆ ਜੀ, ਠੀਕ ਹੈ ਜੀ। ਉਹਦਾ ਵਿਚਾਰੇ ਜੀ ਸਾਰਾ ਹੱਥ ਵੜਤ, 3 ਤੋਂ 5-6 ਜਾਣੇ ਸੀਗੇ, ਠੀਕ ਹੈ ਜੀ, 5-6 ਜਾਣੇ ਸੀਗੇ, 1/2 ਘੰਟੇ ਬਾਅਦ ਪੁਲਿਸ ਇੱਥੇ ਆਈ ਹੈ, ਹਥਿਆਰ ਵੀ ਨਹੀਂ ਲੈ ਕੇ ਗਈ, ਠੀਕ ਹੈ ਜੀ। 3 ਵਜੇ ਹਾਂਜੀ, 3 ਵਜੇ ਸੀਗੇ ਜੀ, 3 ਫੜੇ ਗਏ ਆ ਪੁਲਿਸ ਵਾਲੇ, ਤਿੰਨਾਂ ਨੂੰ ਛੱਡ ਗਏ ਜੀ, ਉਹ ਪਤਾ ਨਹੀਂ ਕਿੱਧਰ ਗਏ ਕਿੱਧਰ ਨਹੀਂ ਗਏ, ਠੀਕ ਹੈ। 3 ਹੱਥ ਲਾ ਕੇ ਸਾਨੂੰ ਨਹੀਂ ਪਤਾ ਜੀ ਪੁਲਿਸ ਵਾਲੇ ਕਿੱਦਾਂ ਛੱਡਣ, ਕਿੱਦਾਂ ਠੀਕ ਹੈ ਜੀ। ਉਹਨਾਂ ਦੇ ਪਰਚਾ ਹੋਣਾ ਚਾਹੀਦਾ ਵਾ ਜੀ, ਠੀਕ ਹੈ। ਗਰੀਬ ਬੰਦਾ ਵਾ, ਉਹਨਾਂ ਕੋਲ 2-3 ਹਥਿਆਰ ਸੀ, ਪੁਲਿਸ ਵਾਲੇ ਕੋਈ ਹਥਿਆਰ ਨਹੀਂ ਲੈ ਕੇ ਗਏ। ਕੁੱਟਮਾਰ ਵੀ ਕੀਤੀ ਗਈ, ਕੁੱਟਮਾਰ ਕੀਤੀ ਗਈ ਪੁਲਿਸ ਆਉਣ ਤੋਂ ਪਹਿਲਾਂ ਹੀ, ਪੁਲਿਸ ਆਉਣ ਤੋਂ ਪਹਿਲਾਂ ਉਹਨਾਂ ਨੇ ਕੁੱਟਮਾਰ ਕੀਤੀ। ਹਾਂਜੀ ਭਾਈ, ਪਬਲਿਕ ਨੇ ਕੀਤੀ, ਪਬਲਿਕ ਨੇ ਕੀਤੀ। ਡੁਗਰੀ ਨਹਿਰ ਤੇ 3 ਨੌਜਵਾਨ ਮੁੰਡੇ ਮੋਟਰਸਾਈਕਲ ਤੇ ਆਏ, ਕਿਰਪਾਨ ਲੈ ਗਏ ਤੇ ਇੱਧਰ ਇੱਕ ਆਟੋ ਵਾਲੇ ਉਹਨਾਂ ਨੂੰ ਘੇਰ ਲਿਆ ਤੇ ਉਹਦੇ ਨਾਲ ਖੋਹ ਵੱਜ ਕਰ ਲੱਗੇ ਤੇ ਮੌਕੇ ਤੇ ਜਮੈਟੋ ਵਾਲੇ ਬੰਦੇ 2-4 ਬੰਦੇ ਇਕੱਠੇ ਹੋ ਕੇ ਉਹਨਾਂ ਨੇ ਫੜ ਲਿਆ ਸਾਰਿਆਂ ਨੇ ਤੇ ਉਹਨਾਂ ਨੇ ਕੁੱਟਮਾਰ ਵੀ ਕੀਤੀ ਹੈ। ਅਸੀਂ ਇਹ ਨਹੀਂ ਕਹਿੰਦੇ ਅਸੀਂ ਨਹੀਂ ਕੁੱਟੇ, ਸਾਰਿਆਂ ਨੇ ਮਿਲ ਕੇ ਕੁੱਟਿਆ ਵੀ ਹੈਗਾ ਵਾ, ਮੁੜ ਕੇ ਪੁਲਿਸ ਆਈ 1/2 ਘੰਟੇ ਬਾਅਦ ਤੇ ਪੁਲਿਸ ਆਈ ਹੈ, ਪੁਲਿਸ ਨੇ ਚਲੋ ਕੁਛ ਕਿਹਾ ਨਹੀਂ, ਲੈ ਕੇ ਚੱਲ ਗਏ ਉਹਨਾਂ ਨੂੰ। ਉਹ ਪੁਲਿਸ ਵਾਲੇ ਕਿਰਪਾਨ ਇੱਥੇ ਛੱਡ ਗਏ ਹੋਏ ਆਪਣੀ, ਕਿਰਪਾਨ ਵੀ ਨਾਲ ਨਹੀਂ ਲੈ ਕੇ ਗਏ ਹੈਗੇ, ਨਾ ਉਹਨਾਂ ਨੂੰ ਉਹਨਾਂ ਨੇ ਕੁਛ ਕਿਹਾ, ਹੱਥ ਲਾਇਆ ਉਹਨਾਂ ਨੇ ਬਿਠਾਏ ਤੇ ਚੁੱਪ ਕਰਕੇ ਲੈ ਗਏ ਆ। ਅੱਧੀ ਰਾਤ ਨੂੰ ਇੱਥੇ ਪਹਿਲਾਂ ਵੀ 2 ਵਾਰ ਕਾਂਡ ਹੋ ਚੁੱਕਾ ਵਾ, ਪਹਿਲਾਂ ਵੀ ਇਹਨਾਂ ਨੇ ਬੰਦੇ 2 ਇੱਥੇ ਮਾਰੇ ਹੋਏ ਆ ਨਹਿਰ ਤੇ, ਪਹਿਲਾਂ ਵੀ ਹਫ਼ਤੇ ਪਹਿਲਾਂ ਮੈਂ ਇੱਥੇ ਜਾ ਰਿਹਾ ਸੀ, ਮੇਰੇ ਪਿੱਛੇ ਵੀ ਮੁੰਡੇ ਪਏ ਸੀਗੇ ਕਿਰਪਾਨਾਂ ਲੈ ਕੇ। ਕਿੰਨੇ ਮੁੰਡੇ ਸੀਗੇ ਤੇ ਕਿਸੇ ਦੀ ਬਾਂਹ ਵੀ ਵੱਡੀ ਗਈ? ਭਾਈ 3 ਮੁੰਡੇ ਸੀਗੇ, ਪਿੱਛੇ ਹੋਰ ਵੀ ਸੀਗੇ, ਉਹ ਨਿਕਲ ਗਏ ਸੀਗੇ, 3 ਮੁੰਡੇ ਸੀਗੇ ਤੇ ਉਹ ਮਾਰਨ ਲੱਗੇ ਸੀਗੇ, ਮੌਕੇ ਤੇ ਇਕੱਠੇ ਹੋ ਗਏ ਸਾਰੇ ਭਾਈ ਲੋਕ ਤੇ ਉਹਨਾਂ ਨੇ ਇੱਕ ਆਟੋ ਲਈ ਬਾਂਹ ਵੀ ਵੱਡੀ ਗਈ ਹੈ ਤੇ ਉਹਦੇ ਕਰਕੇ ਬਾਕੀ ਬੰਦੇ ਇਕੱਠੇ ਹੋ ਗਏ ਤੇ ਉਹ ਬਚ ਗਏ ਬੰਦਾ। ਭਾਜੀ ਉਹਨਾਂ ਨੇ 3 ਜਿਹੜੇ ਮੋਟਰਸਾਈਕਲ ਦੇ ਮੁੰਡੇ ਸੀ, ਉਹਨਾਂ ਨੂੰ ਕੁੱਟਿਆ ਵੀ ਹੈਗਾ ਵਾ, ਅਸੀਂ ਇਹ ਨਹੀਂ ਕਹਿੰਦੇ ਨਹੀਂ ਕੁੱਟਿਆ ਹੈਗਾ ਵਾ,
ਤੇ ਬਾਅਦ ਪੁਲਿਸ ਆਉਣ ਨੂੰ ਅੱਧਾ ਘੰਟਾ ਲਾਤਾ ਪੁਲਿਸ ਵਾਲਿਆਂ ਨੂੰ ਪਹਿਲਾਂ ਵੀ ਮੁੰਡਿਆਂ ਨੂੰ ਕੁੱਟਿਆ ਗਿਆ ਹੁਣ ਬਾਈ ਕੁੱਟਿਆ ਬਿਲਕੁਲ ਕੁੱਟਿਆ ਅਸੀਂ ਕਹਿੰਦੇ ਕੁੱਟਿਆ ਬਸ ਸਾਡੇ ਨਾਲ ਤਾਂ ਕਰਨਗੇ ਤਾਂ ਕਰਨਗੇ ਅਸੀਂ ਬਿਲਕੁਲ ਕੁੱਟਾਂਗੇ ਸਾਡੇ ਵਰਗੇ ਆਉਣਗੇ ਅਸੀਂ ਉਹਨਾਂ ਹੀ ਕਿਰਪਾਨਾਂ ਆਪਦੇ ਮਾਰਾਂਗੇ ਲੱਗਦਾ ਇਹ ਚੌਂਕ ਐਡਾ ਚੱਲਦਾ ਕੋਈ ਪੁਲਿਸ ਦਾ ਬਾਈ ਇੱਥੇ ਰੋਜ਼ ਦਾ ਕੰਮ ਹੈ ਅੱਜ ਤਾਂ ਨਹੀਂ ਹੈਗਾ ਵਾ ਬਾਈ ਰੋਜ਼ ਡੇਲੀ ਇੱਥੇ ਨਹਿਰ 'ਤੇ ਕੋਈ ਨਾ ਕੋਈ ਖੋਬਾਜੀ ਹੁੰਦੀ ਰਹਿੰਦੀ ਆ ਅਸੀਂ ਸਾਰੇ ਵੀਰ ਰਾਤੀ ਘੁੰਮਦੇ ਰਹਿੰਦੇ ਲੋਕ ਜਮੈਂਟੋ ਵਾਲੇ ਕੰਮ ਕਰਦੇ ਹੈਗੇ ਆ ਅਸੀਂ ਰਾਤੀ ਕੁਛ ਖਾਣ ਪੀਣ ਜਾਂਦੇ ਇੱਥੇ ਕਿੱਥੇ ਵੀ ਸਾਨੂੰ ਸੇਫਟੀ ਫੀਲ ਨਹੀਂ ਹੁੰਦੀ ਇੱਥੇ ਨਹਿਰ 'ਤੇ ਬਿਲਕੁਲ ਵੀ ਪਹੁੰਚੀ ਪੁਲਿਸ ਪਹੁੰਚੀ ਆ ਬਾਈ ਬਿਲਕੁਲ ਨਹੀਂ ਪਹੁੰਚੀ ਅੱਧੇ ਘੰਟੇ ਬਾਅਦ ਪੁਲਿਸ ਆਈ ਹੈ ਅਤੇ ਉਹਨਾਂ ਹੀ ਕਿਰਪਾਨ ਵੀ ਇੱਥੇ ਛੱਡ ਗਈ ਹੋਈ ਹੈ ਬਲਕਿ ਉਹਨਾਂ ਨੂੰ ਲੈ ਕੇ ਜਾਂਦਾ ਫਰਜ਼ ਬਣਦਾ ਉਹਨਾਂ ਦਾ ਬਾਈ ਉਹਨਾਂ ਕੋਲ ਦੋ ਤਿੰਨ ਸੀਗੇ ਹੁਣ ਬਾਈਕ ਤੋਂ ਹੋਰ ਵੀ ਮੁੰਡੇ ਸੀ ਉਹ ਤਾਂ ਨਿਕਲ ਕੇ ਭੱਜ ਗਏ ਆਪਣਾ ਪਿੱਛੇ ਸੀ ਜਿਹੜੇ ਤਿੰਨ ਅਸੀਂ ਫੜ ਲਏ ਤਿੰਨਾਂ ਨੂੰ ਫੜ ਕੇ ਅਸੀਂ ਕੁੱਟਿਆ ਵਾ ਫੜ ਕੇ ਮੁੜ ਕੇ ਪੁਲਿਸ ਅੱਧੇ ਘੰਟੇ ਬਾਅਦ ਆਈ ਆ ਉਹਨਾਂ ਦਾ ਫਰਜ਼ ਬਣਦਾ ਕਿ ਕਿਰਪਾਨ ਲੈ ਕੇ ਜਾਣ ਉਹਨਾਂ 'ਤੇ ਕੋਈ ਕਾਰਵਾਈ ਕਰ ਲੈ ਕੇ ਜਾਓ ਹਥਿਆਰ ਬਾਈ ਬਿਲਕੁਲ ਕਿਹਾ ਉਹਨਾਂ ਨੂੰ ਆਪ ਨੂੰ ਸਮਝ ਆਈ ਕਿ ਹਾਂ ਬਰਾਮਦ ਹੋਈ ਤਾਂ ਲੈ ਕੇ ਜਾਣੀ ਬਣਦੀ ਉਹਨਾਂ ਦੀ ਕੱਲ੍ਹ ਨੂੰ ਉਹਨਾਂ ਦੀ ਕਾਰਵਾਈ ਨਹੀਂ ਕਰਨਗੇ ਅਤੇ ਡੁੱਗੀ ਨਹਿਰ 'ਤੇ 12 ਵਜੇ ਘਟਣਾ ਸੀ ਤਿੰਨ ਬੰਦੇ ਮੌਕੇ 'ਤੇ ਫੜ ਲਏ ਇਹਨਾਂ ਕੋਲ ਟੋਕਾ ਫੜਿਆ ਗਿਆ ਅਤੇ ਫੜ ਕੇ ਚੌਕੀ ਹੱਥਾਂ ਫੜ ਕੇ ਇੱਥੇ ਕਾਰਵਾਈ ਹੋ ਰਹੀ ਟੋਟਲ ਕਿੰਨੇ ਕੁ ਮੁੰਡੇ ਸੀ ਕੀ ਕਰ ਰਹੇ ਸੀ ਇਹ ਲੁੱਟ ਖੋਹ ਕਰ ਰਹੇ ਸੀ ਆਟੋ ਵਾਲੇ ਨਾਲ ਆਟੋ ਵਾਲੇ ਬਾਂਹ ਵੀ ਵੱਡੀ ਗਈ ਦੱਸਿਆ ਜਾ ਰਿਹਾ ਇੱਕ ਦੀ ਮਤਲਬ ਵੀ ਹੱਥ ਸੱਟ ਲਾਤੀ ਆ ਆਟੋ ਵਾਲੇ ਦੇ ਆਟੋ ਵਾਲੇ ਦੇ ਅੱਛਾ ਇਹ ਟੋਟਲ ਕਿੰਨੇ ਕੁ ਨੌਜਵਾਨ ਸੀਗੇ ਇਹ ਤਿੰਨ ਫੜ ਲਏ ਤਿੰਨ ਫੜ ਕੇ ਟੋਪੀ ਦੇ ਤੇ ਬਾਕੀ ਅਸੀਂ ਪੁਲਿਸ ਕਰ ਰਹੇ ਜਾਂਚ ਰਾਹਗੀਰਾਂ ਨੇ ਇਹਨਾਂ ਦੀ ਕੁੱਟਮਾਰ ਵੀ ਕੀਤੀ ਹੈ ਉਹਨਾਂ ਜਿਹੜੇ ਲੋਕਾਂ ਨੇ ਫੜਿਆ ਨਾ ਫਿਰ ਉਹਨਾਂ ਨੇ ਕੁੱਟਮਾਰ ਕੀਤੀ ਲੋਕਾਂ ਇਹਨਾਂ ਚੋਰਾਂ ਦੀ ਕੁੱਟਮਾਰ ਵੀ ਕੀਤੀ ਗਈ ਥੋੜ੍ਹੀ ਬਹੁਤੀ ਕੀਤੀ ਹੈ ਬਾਕੀ ਮੌਕੇ ਪੁਲਿਸ ਪਹੁੰਚ ਗਈ ਨਾਲ ਆਪਣੇ ਟਿਮਿਰਾ ਆ ਗਈ ਅਤੇ ਨਾਲ ਇਹ ਹੁਣ ਕਿਹੜੇ ਥਾਣੇ ਲਿਆਂਦਾ ਗਿਆ ਇਹ ਚੌਂਕੀ ਆਦਮ ਪਰ ਮਾਮਲਾ ਦਰਜ ਕੀਤਾ ਜਾ ਰਿਹਾ ਹਾਂ ਹਾਂਜੀ ਹਾਂਜੀ ਕਾਰਵਾਈ ਪੂਰੀ ਕਰ ਆਟੋ ਵਾਲਾ ਜਾ ਰਿਹਾ ਸੀ ਤਿੰਨ ਜਿਹੜੇ ਹੈਗੇ ਸੀ ਮੋਟਰਸਾਈਕਲ ਵਾਲੇ ਆਦਮੀ ਬੈਠੇ ਸੀ ਇਹਨਾਂ ਕੋਲ ਤੇਜ਼ਰ ਹਥਿਆਰ ਵੀ ਕਹਿੰਦੇ ਤੇਜ਼ ਹਥਿਆਰ ਫੜਿਆ ਕਾਰ ਤੇ ਕੋਈ ਬਾਹ ਵੀ ਵੱਡੀ ਗਈ ਆਟੋ ਬਾਹ ਵੀ ਵੱਡੀ ਗਈ ਤੇ ਕਿੰਨੇ ਇਹ ਕਹਿੰਦੇ ਨੌਜਵਾਨ ਹੋਰ ਵੀ ਸੀਗੇ ਇਹਨਾਂ ਦੇ ਨਾਲ ਹਾਂਜੀ ਚੱਲ ਜੋ ਕੇ ਅਫਸਰ ਤੇ ਭੱਜ ਵੀ ਗਏ ਕੋਈ ਭੱਜ ਵੀ ਰਹੇ ਅੱਛਾ ਜੀ ਤੇ ਕਿੰਨੇ ਨੌਜਵਾਨ ਕਾਬੂ ਕੀਤੇ ਹੁਣ ਜੀ ਤਿੰਨ ਕਰੇ ਤਿੰਨ ਕਰੇ ਕੀ ਹਥਿਆਰ ਕਿਹੜੇ ਬਰਾਮਦ ਕੀਤੇ ਇਹਨਾਂ ਕੋਲੋਂ ਬਾਰੂਦ ਹਥਿਆਰ ਫੜਿਆ ਅੱਛਾ ਜੀ ਤੇ ਸਰ ਕਿੰਨੇ ਆਟੋ ਵਾਲੇ ਦੀ ਜਿਹੜੀ ਬਾਂਹ ਵੱਡੀ ਗਈ ਹੈ ਜਾਂ ਹੋਰ ਵੀ ਕਿੰਨੇ ਦੀ ਲੁੱਟ ਖੋਹ ਕੀਤੀ ਹੈ ਸਾਰਾ ਇੱਕ ਤੀਜ ਚੱਲੂ ਫਿਰ ਕੀ ਇਹ ਲੁੱਟ ਖੋਹ ਕਰਨ ਲਈ ਆਦੀ ਨੇ ਤੇ ਨਸ਼ਾ ਨੁਸ਼ਾ ਵੀ ਕੀਤਾ ਲੱਗਦਾ ਇਹ ਸਾਰੀ ਰਿਪੋਰਟ ਆਊਗੀ ਸਰ ਨੌਜਵਾਨ ਕਿੰਨੇ ਸੀ ਟੋਟਲ ਟੋਟਲ ਨੌਜਵਾਨ ਇਹ ਫੜੇ ਤਿੰਨ ਆ ਦੋ ਮੌਕੇ ਤੋਂ ਕਹਿੰਦੇ ਪੰਜ ਪੰਜ ਸੀ ਤੇ ਇਹ ਕਿਹੜੀ ਜਗ੍ਹਾ ਦੇ ਰਹਿਣ ਵਾਲੇ ਜੀ ਇਹ ਨਿਊ ਕਿਰਪਾਲ ਨਗਰ ਦੇ ਦੱਸ ਮਾਮਲਾ ਦਰਜ ਕੀਤਾ ਜਾ ਰਿਹਾ ਜੀ ਹਾਂਜੀ